ਕੀ ਨਾਮ ਹੈ ਪਰਮਜੀਤ ਸਿੰਘ ਮੰਡ ਬੁਲਾਰਾ ਦਾਲ ਖਾਲਸਾ ਸਰ ਕੀ ਏਜੰਡਾ ਸੀ ਜਿਹਨੂੰ ਲੈ ਕੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਦਿੱਤੀ ਅੱਜ 1 ਨਵੰਬਰ ਆ ਅੱਜ ਦਾ ਦਿਨ ਦੋ ਪੱਖਾਂ ਤੋਂ ਬੜਾ ਅਹਿਮ ਹੈ ਕਿ 1966 ਦੇ ਵਿੱਚ ਅੱਜ ਦੇ ਦਿਨ ਮੌਜੂਦਾ ਪੰਜਾਬੀ ਸੂਬਾ ਜਿਹੜਾ ਸਾਡੇ ਕੋਲ ਮੌਜੂਦਾ ਹੈ ਹੋਣ ਦੇ ਵਿੱਚ ਆਇਆ ਸੀ ਅਸੀਂ ਇਹ ਸਮਝ ਲਿਆ ਕਿ ਪਿਛਲੇ 56 ਸਾਲ ਪੰਜਾਬੀ ਸੂਬੇ ਦੇ ਇੰਡੀਆ ਦੇ ਵਿੱਚ ਜਿਹੜਾ ਮੌਜੂਦਾ ਪੰਜਾਬ ਆ ਇਹਦੇ ਜਲਾਲਤ ਸਹਿੰਦੇ ਗੁਜ਼ਰੇ ਨੇ ਇਹਦੇ ਹੱਕ ਖੋਏ ਗਏ ਨੇ ਇਹਦੇ ਪਾਣੀ ਡੋਟੇ ਗਏ ਨੇ ਦੀ ਬੋਲੀ ਇਹਦਾ ਸੱਭਿਆਚਾਰ ਇਹਦੀ ਜ਼ਮੀਨ ਸਭ ਕੁਝ ਲੁੱਟਿਆ ਗਿਆ ਆ ਔਰ ਹੁਣ ਨੀਤੀ ਦੇ ਤਹਿਤ ਇੱਥੇ ਪ੍ਰਵਾਸੀ ਭਾਈਚਾਰੇ ਨੂੰ ਵਸਾਇਆ ਜਾ ਰਿਹਾ ਤਾਂ ਕਿ ਇੱਥੇ ਦੀ ਪੰਜਾਬੀ ਪੋਪੂਲੇਸ਼ਨ ਨੂੰ ਘਟ ਕਰਕੇ ਇੱਥੇ ਦੀ ਬਾਹਰਲੀ ਪੋਪੂਲੇਸ਼ਨ ਨੂੰ ਵਧਾਇਆ ਜਾਵੇ ਸੋ ਇਹ ਜਿਹੜੇ 56 ਸਾਲ ਸਾਡੇ ਇੱਥੇ ਗੁਜ਼ਰੇ ਨੇ ਇਹ ਜ਼ੁਲਮ ਸਹਿੰਦੇ ਹੋਏ ਸਾਡੇ ਗੁਜ਼ਰੇ ਨੇ ਸੋ ਪੰਜਾਬੀ ਸੂਬੇ ਦੀ ਮੰਗ ਤੋਂ ਲੈ ਕੇ 1984 ਦੀ ਸਿੱਖ ਨਸਲਕੁਸ਼ੀ ਤੱਕ ਔਰ ਅੱਜ ਦੇ ਦਿਨ ਹੀ ਦਿੱਲੀ ਦੇ ਵਿੱਚ ਔਰ ਬਾਕੀ ਇੰਡੀਆ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਿੱਖ ਨਸ਼ਲ ਕੁਸੀ ਦੀ ਸ਼ੁਰੂਆਤ ਵੀ ਹੋਈ ਸੀ ਜਿਹੜੇ ਸਿੱਖ ਜੈਨੋਸਾਈਡ ਸੀ ਉਸ ਦੀ ਸ਼ੁਰੂਆਤ ਅੱਜ ਦੇ ਦਿਨ ਹੀ ਸੋ ਅੱਜ ਦਾ ਦਿਨ ਦੋ ਪੱਖਾਂ ਤੋਂ ਅਹਿਮ ਆ ਇੱਕ ਪੰਜਾਬੀ ਸੂਬਾ ਮੋਰਚਾ ਔਰ ਦੂਸਰਾ ਸਿੱਖ ਜੈਨੋਸਾਈਡ ਦੀ ਸ਼ੁਰੂਆਤ ਹੋਣੀ ਔਰ ਅਸੀਂ ਇਸ ਜੈਨੋਸਾਈਡ ਨੂੰ ਯਾਦ ਰੱਖਦੇ ਪਿਛਲੇ ਦੋ ਦਹਾਕਿਆਂ ਤੋਂ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਮਾਰਚ ਕਰਦੇ ਆ ਰਹੇ ਹਾਂ ਕਈ ਵਾਰੀ ਅਸੀਂ ਦਿੱਲੀ ਵੀ ਗਏ ਆ ਮਾਰਚ ਕਰਦੇ ਇਸ ਵਾਰ ਦਾ ਅਸੀਂ ਪ੍ਰੋਗਰਾਮ ਕਪੂਰਥਲਾ ਸ਼ਹਿਰ ਦੇ ਵਿੱਚ ਰੱਖਿਆ ਜਿੱਥੇ 3 ਤਰੀਕ ਨੂੰ ਸ਼ਾਮੀ 3 ਵਜੇ ਸਟੇਟ ਕੋਰਡਰਾ ਸਾਹਿਬ ਵਿਖੇ ਜਿਹੜੇ નિર્ਦੋਸ਼ ਬੱਚੇ ਔਰਤਾਂ ਸਿੱਖ ਪੂਰੇ ਇੰਡੀਆ ਦੇ ਵਿੱਚ ਕਤਲ ਕੀਤੇ ਗਏ ਸੀ ਉਹਨਾਂ ਦੇ ਨਿਮਿਤ ਅਰਦਾਸ ਕੀਤੀ ਜਾਵੇਗੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਉਸ ਹੌਲਨਾਕ ਮੰਜ਼ਰ ਦੀਆਂ ਤਸਵੀਰਾਂ ਜਿਹੜੀਆਂ ਉਸ ਹੌਲਨਾਕ ਮੰਜ਼ਰ ਨੂੰ ਸਾਰਿਆਂ ਨੂੰ ਦਰਸਾਉਣਗੀਆਂ ਉਸ ਦਰਦਨਾਕ ਕਾਰਜ ਨੂੰ ਦਰਸਾਉਣਗੀਆਂ ਉਹ ਹੱਥਾਂ ਦੇ ਵਿੱਚ ਫੜ ਕੇ ਪਾਰਟੀ ਦੇ ਕਾਰਕੁਨ ਸਟੇਟ ਕੋਰ ਦੁਆਰਾ ਸਾਬ ਤੋਂ ਚੱਲ ਕੇ ਡੀਸੀ ਚੌਂਕ ਤੱਕ ਮਾਰਚ ਕਰਨਗੇ ਜਿਸ ਦੀ ਸ਼ੁਰੂਆਤ 3 ਵਜੇ ਹੋਵੇਗੀ ਔਰ ਅਸੀਂ ਸਾਰਿਆਂ ਹੀ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਜਿੰਨਿਆਂ ਵੀ ਇਸ ਸਮਾਗਮ ਵਿੱਚ ਪਹੁੰਚ ਸਕਦੇ ਨੇ ਉੱਥੇ ਜ਼ਰੂਰ ਪਹੁੰਚੋ ਜੇ ਆਪਾਂ ਗੱਲ ਕਰੀਏ ਤਾਂ ਇਹ ਦੇ ਸਮਾਗਮ ਦੇ ਵਿੱਚ ਕੋਈ ਹੋਰ ਵੀ ਸਿਆਸੀ ਜਿਹੜੇ ਸ਼ਾਮਲ ਹੋਗੇ ਸਿਆਸੀ ਸੰਸਥਾਵਾਂ ਨੇ ਅਸੀਂ ਜਿੰਨਿਆਂ ਵੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਿਨ੍ਹਾਂ ਨੂੰ ਇਸ ਦਰਦ ਇਹ ਦਰਦ ਆ ਕਿ ਇਹ ਜੈਨੋਸਾਈਡ ਜਿਹੜਾ ਹੋਇਆ ਉਸ ਦਾ ਦਰਦੇ ਆਪਣੇ ਦਸਿਨੇ ਦੇ ਚਾਸੀ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉੱਤੇ ਪਹੁੰਚਣ ਔਰ ਅਸੀਂ ਲੋਕਲ ਸੰਸਥਾਵਾਂ ਜਿੰਨੀਆਂ ਇੱਥੇ ਆ ਗਏ ਉਹਨਾਂ ਤੱਕ ਰੀਚ ਵੀ ਕਰ ਰਹੇ ਹਾਂ ਔਰ ਉਹਨਾਂ ਨੂੰ ਇਹ ਇਨਵਾਈਟ ਵੀ ਕਰ ਰਹੇ ਹਾਂ ਕਿ ਉਹ ਇਸ ਸਮਾਗਮ ਦਾ ਹਿੱਸਾ ਬਣਨ ਜੇਪ ਘੱਲ ਕਰੀਏ ਜਲ ਖਾਲਸਾ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕਿਹ ਏਜੰਡੇ ਲਿਖੇ ਗਏ ਜਿਹਨੂੰ ਲੈ ਕੇ ਕੰਮ ਕਿਤੇ ਜਾਉਂਗੇ ਬਹੁਤ ਸਾਰੇ ਏਜੰਡੇ ਨੇ ਔਰ ਅਸੀਂ ਪਿਛਲੇ 40 ਸਾਲਾਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਕਰਦੇ ਆ ਰਹੇ ਹਾਂ ਔਰ ਸਾਡਾ ਮੁੱਖ ਏਜੰਡਾ ਜਿਹੜਾ ਆ ਉਹ ਪੰਜਾਬ ਦੀ ਆਜ਼ਾਦੀ ਆ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇੱਕ ਆਜ਼ਾਦ ਮੁਲ ਜਿੱਥੇ ਸਾਰਿਆਂ ਦੇ ਹੱਕ ਹਕੂਕ ਬਹਾਲ ਹੋ ਸਕਣ ਕਿਸ ਤਰੀਕੇ ਦੀ ਆਜ਼ਾਦੀ ਦੀ ਤੁਸੀਂ ਮੰਗ ਕਰਦੇ ਸਾਡੇ ਆਜ਼ਾਦੀ ਦੇ ਮਾਇਨੇ ਬੜੇ ਸਾਫ਼ ਨੇ ਅਸੀਂ ਇੱਕ ਅਲੱਗ ਮੁਲਕ ਚਾਹੁੰਦੇ ਆ ਪੰਜਾਬ ਨੂੰ ਇੱਕ ਪ੍ਰਭੂ ਸਤਾ ਸੰਪਨ ਰਾਜ ਬਣਾਉਣਾ ਚਾਹੁੰਦੇ ਆ ਜਿੱਥੇ ਉਹਦੇ ਪਾਣੀਆਂ ਦੇ ਉੱਤੇ ਉਹਦਾ ਆਪਣਾ ਹੱਕ ਹੋਵੇ ਉਹਦੀ ਬੋਲੀ ਦੇ ਉੱਤੇ ਉਹਦਾ ਆਪਣਾ ਹੱਕ ਹੋਵੇ ਉਹਦੀ ਜ਼ਮੀਨ ਦੇ ਉੱਤੇ ਉਹਦਾ ਆਪਣਾ ਹੱਕ ਹੋਵੇ ਨਾ ਕਿ ਦਿੱਲੀ ਦੀ ਅਧੀਨਗੀ ਹੋਵੇ ਤੇ ਦਿੱਲੀ ਦੀ ਅਧੀਨਗੀ ਦੇ ਤਹਿਤ ਅਜੇ ਤੱਕ ਪੰਜਾਬ ਨੇ ਆਪਣੇ ਜਿੰਨੇ ਵੀ ਉਹਦੇ ਸਰੋਤ ਨੇ ਉਹ ਸਾਰੇ ਗਵਾਹੀ ਨੇ ਅਜੇ ਤੱਕ ਸਾਨੂੰ ਮਿਲਿਆ ਕੁਝ ਨਹੀਂ ਆ ਸੋ ਸਾਡਾ ਸਾਰੀਆਂ ਮੁਸੀਬਤਾਂ ਦੀ ਜੜ ਆ ਉਹ ਇੰਡੀਅਨ ਸਲੇਵਰੀ ਦੇ ਵਿੱਚ ਪਈ ਹੋਈ ਆ ਜਦੋਂ ਅਸੀਂ ਆਜ਼ਾਦ ਹੋਵਾਂਗੇ ਸਾਰੀਆਂ ਮੁਸੀਬਤਾਂ ਸਾਡੀਆਂ ਹੱਲ ਹੋਣਗੀਆਂ ਜੇ ਆਪਾਂ ਗੱਲ ਕਰੀਏ ਲੜਾਈ ਤਾਂ ਤੁਹਾਡੀ ਬਹੁਤ ਲੰਬੀ ਹੈ ਤੇ ਇਸ ਸੰਬੰਧੀ ਵੀ ਕੋਈ ਆਪਣੇ ਕਹਿੰਦੇ ਕੋਈ ਹੋਰ ਵੀ ਏਜੰਡੇ ਹੈਗੇ ਤੇ ਕੋਈ ਹੋਰ ਵੀ ਕੋਈ ਸਿਆਸਤ ਨਹੀਂ ਮੌਜੂਦਾ ਸਮੇਂ ਦੀ ਜਿਹੜੀ ਸਿਆਸਤ ਚੱਲਦੀ ਹੈ ਉਹਦੇ ਵਿੱਚ ਅਸੀਂ ਆਪਣਾ ਬੰਦਾ ਰੋਲ ਅਦਾ ਕਰਦੇ ਆ ਚਾਹੇ ਜਿੰਨੇ ਚਾਹੇ ਹੋਰ ਸਮਾਜਿਕ ਇਸ਼ੂਜ਼ ਵੀ ਨੇ ਉਹਨਾਂ ਨੂੰ ਵੀ ਡੀਲ ਕਰਦੇ ਆ ਲੜਾਈ ਲੰਬੀ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਇਹਨੂੰ ਛੱਡ ਦਿੱਤਾ ਜਾਵੇ ਜੇ ਲੰਬੀ ਆ ਤੇ ਇਹਨੂੰ ਲੜਾਂਗੇ ਤੇ ਛੋਟੀ ਹੋਵੇਗੀ ਦਿਨ-ਪ੍ਰਤੀ-ਦਿਨ ਔਰ ਇੱਕ ਦਿਨ ਅਸੀਂ ਮੰਜ਼ਿਲ ਤੱਕ ਪਹੁੰਚਾਂਗੇ